ਗੁੱਡ ਮਾਰਨਿੰਗ ਸਟੂਡੈਂਟਸ ਆਸ ਕਰਦੇ ਹਾਂ ਤੁਸੀਂ ਘਰ ਵਿੱਚ ਰਹਿ ਕੇ ਆਪਣੀ ਪੜ੍ਹਾਈ ਬੜੇ ਧਿਆਨ ਨਾਲ ਕਰ ਰਹੇ ਹੋਵੋਗੇ ਪੰਜਾਬ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਡਿਪਾਰਟਮੈਂਟ ਵੱਲੋਂ ਜੋ ਡੇਲੀ ਅਭਿਆਸ ਸ਼ੀਟਸ ਭੇਜੀਆਂ ਜਾ ਰਹੀਆਂ ਆ ਅਸੀਂ ਉਹਨਾਂ ਨੂੰ ਸੋਲਵ ਕਰਨ ਦੇ ਵਿੱਚ ਤੁਹਾਡੀ ਹੈਲਪ ਲਈ ਇਹ ਵੀਡੀਓਜ਼ ਲੈ ਕੇ ਆ ਰਹੇ ਹਾਂ ਅੱਜ ਅਸੀਂ ਅਭਿਆਸ ਸ਼ੀਟ 26 ਪ੍ਰੈਕਟਿਸ ਸ਼ੀਟ 26 ਨੂੰ ਸੋਲਵ ਕਰਾਂਗੇ ਤੇ ਆਓ ਸ਼ੁਰੂ ਕਰਦੇ ਹਾਂ ਜੀ ਇਹ ਸਾਡੀ ਅੱਜ ਦੀ ਅਭਿਆਸ ਸ਼ੀਟ ਆ ਅਭਿਆਸ ਸ਼ੀਟ 26 ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਦਾ ਪੈਰਾ ਦਿੱਤਾ ਗਿਆ ਹੈ ਆ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਇਸ ਪੈਰੇ ਨੂੰ ਇੱਕ ਜਾਂ ਦੋ ਵਾਰ ਬੜੇ ਧਿਆਨ ਨਾਲ ਪੜ੍ਹਨਾ ਹੈ ਤਾਂ ਕਿ ਤੁਸੀਂ ਕੁਐਸਚਨਸ ਆਸਾਨੀ ਨਾਲ ਕਰ ਸਕੋ ਜੀ ਪੈਰੇ ਨੂੰ ਪੜ੍ਹਨ ਤੋਂ ਬਾਅਦ ਆਓ ਹੁਣ ਕੁਐਸਚਨਸ ਦੇਖਦੇ ਆ ਪਹਿਲਾ ਪ੍ਰਸ਼ਨ ਹੈ ਜੀ ਸੇਠ ਕਿਸ ਤਰ੍ਹਾਂ ਦਾ ਆਦਮੀ ਸੀ ਆਪਸ਼ਨਸ ਹੈ ਗਿਆ ਮਿਹਨਤੀ ਆਲਸੀ ਵਿਚਾਰਾ ਮੂਰਖ ਤੇ ਪੈਰੇ ਦੇ ਵਿੱਚ ਅਸੀਂ ਪੜਿਆ ਹੈ ਕਿ ਸੇਠ ਬਹੁਤ ਹੀ ਇਮਾਨਦਾਰ ਮਿਹਨਤੀ ਅਤੇ ਅਮੀਰ ਸੀ ਜੀ ਤੇ ਫਿਰ ਸਾਡਾ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਆਨਸਰ ਹੋਏਗਾ ਮਿਹਨਤੀ ਅਗਲਾ ਪ੍ਰਸ਼ਨ ਦੇਖਦੇ ਹਾਂ ਸੇਠ ਦਾ ਪੁੱਤਰ ਬਹੁਤ ਡੈਸ਼ ਸੀ ਜੀ ਪੈਰੇ ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਸੇਠ ਦਾ ਪੁੱਤਰ ਇੱਥੇ ਅਸੀਂ ਦੇਖਿਆ ਹੈ ਬਹੁਤ ਆਲਸੀ ਸੀ ਇਹੜੀ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਇਹਦਾ ਨੈਕਸਟ ਪ੍ਰਸ਼ਨ ਦੇਖਦੇ ਹਾਂ ਸਾਨੂੰ ਸਵੇਰੇ ਕਦੋਂ ਉਠਣਾ ਚਾਹੀਦਾ ਹੈ অপশন ਹੈ ਗਿਆ ਦੁਪਹਿਰ ਨੂੰ ਸੂਰਜ ਚੜਨ ਤੋਂ ਪਹਿਲਾਂ ਸੂਰਜ ਚੜਨ ਤੇ ਸੂਰਜ ਟਲਣ ਸਮੇ ਜੀ ਪੈਰਿ ਦੇ ਵਿੱਚ ਅਸੀਂ ਪੜਿਆ ਹੈ ਕਿ ਜੋ ਸੀਰ ਦਾ ਪੁੱਤਰ ਸੀ ਉਹਨੂੰ ਉਹਦੀ ਮਾਂ ਸਮਝਾਉਂਦੀ ਆ ਕਿ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉਠਣਾ ਚਾਹੀਦਾ ਆ ਤਾਂ ਇਸ ਤਰ੍ਹਾਂ ਸਾਡਾ ਸਹੀ ਆਨਸਰ ਕੀ ਹੋਏਗਾ ਐਡਾ অপশন ਸੂਰਜ ਚੜਨ ਤੋਂ ਪਹਿਲਾਂ ਅਗਲਾ ਪ੍ਰਸ਼ਨ ਹੈ ਜੀ ਜਿਵੇਂ ਦਿਨ ਦਾ ਰਾਤ ਹੈ ਉਸ ਪ੍ਰਕਾਰ ਅਮੀਰ ਦਾ ਕੀ ਹੋਵੇਗਾ ਜੀ ਦਿਨ ਦਾ ਰਾਤ ਇਹ ਵਿਰੋਧੀ ਸ਼ਬਦ ਬਣ ਰਹੇ ਆ ਤੇ ਅਮੀਰ ਦਾ ਵਿਰੋਧੀ ਸ਼ਬਦ ਅਸੀਂ ਇਹਨਾਂ ਆਪਸ਼ਨਸ ਦੇ ਵਿੱਚੋਂ ਲੱਭਣਾ ਹੈ ਆਪਸ਼ਨਸ ਹੈਗੇ ਆ ਤਨੀ ਗਰੀਬ ਸਫਲ ਪੈਸੇ ਵਾਲਾ ਤੇ ਅਮੀਰ ਦਾ ਵਿਰੋਧੀ ਸ਼ਬਦ ਹੁੰਦਾ ਹੈ ਜੀ ਗਰੀਬ ਐਡਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਨੈਕਸਟ ਪ੍ਰਸ਼ਨ ਦੇਖਦੇ ਆ ਸ਼ੁੱਧ ਰੂਪ ਲਿਖੋ ਜੀ ਆਪਸ਼ਨਸ ਹੈਗੇ ਆ ਕਿਰਬਾਰ ਕਰਬਾਰ ਕਾਰੋਬਾਰ ਕਾਰਬਰ ਤੇ ਇਹਦਾ ਸਿਰਫ ਅਹੀ ਸਹੀ ਸਪੈਲਿੰਗ ਜੋ ਨੇ ਆ ਉਹ ਹੈਗਾ ਏਡੀ ਆਪਸ਼ਨ ਕਾਰੋਬਾਰ ਨੈਕਸਟ ਸਾਡੇ ਕੋਲ ਮੈਥ ਦੇ ਕੁਐਸਚਨ ਹੈ ਜੀ ਪਹਿਲਾ ਹੈਗਾਏ ਕਰੰਸੀ ਨੋਟਾਂ ਦਾ ਮੁੱਲ ਦੱਸੋ ਜੀ ਸਾਨੂੰ ਕਰੰਸੀ ਨੋਟ ਦਿੱਤੇ ਗਏ ਆ ਤੇ ਅਸੀਂ ਉਹਨਾਂ ਦਾ ਟੋਟਲ ਮੁੱਲ ਦੱਸਣਾ ਹੈ ਕਿੰਨਾ ਬਣਦਾ ਆ ਇਹਨਾਂ ਨੂੰ ਅਸੀਂ ਪਲੱਸ ਕਰ ਲੈਣੇ ਆ ਜੀ ਜੋ 100 ਦੇ ਦੋ ਨੋਟ ਆ ਮਤਲਬ 200 ਤੇ 10-10 ਰੁਪਏ ਦੇ ਚਾਰ ਨੋਟ ਆ ਇਹ ਹੋਗੇ 40 ਰੁਪਏ ਤੇ 1 ਰੁਪਏ ਦਾ ਇੱਕ ਨੋਟ ਆ ਇਹਨਾਂ ਸਾਰਿਆਂ ਨੂੰ ਅਸੀਂ ਪਲੱਸ ਕਰ ਲੈਨੇ ਆ ਇਹ ਬਣ ਜਾਣਗੇ ਜੀ ਜੀ 241 ਐਡਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਇਹਦਾ 241 ਨੈਕਸਟ ਸਮ ਦੇਖਦੇ ਆ ਰਸਲੀਨ ਨੇ ਸੰਖਿਆ 10 ਤੋਂ 5 ਦੀ ਛਾਲ ਲਗਾਉਣੀ ਸ਼ੁਰੂ ਕੀਤੀ ਤਾਂ ਦੱਸੋ 5 ਦੀ ਅੰਤਰਾਲ ਗਿਣਤੀ ਵਿੱਚ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਨਹੀਂ ਆਵੇਗੀ ਜੀ ਤੇ ਤੁਸੀਂ ਇਹਦੇ ਵਿੱਚ 5 ਦੀ ਛਾਲ ਦੇ ਵਿੱਚ ਦੇਖਣਾ ਹੈ ਕਿ ਕਿਹੜੀ ਸੰਖਿਆ ਨਹੀਂ ਆਵੇਗੀ ਤੇ ਤੁਸੀਂ ਇਹਨੂੰ ਦੋ ਤਰੀਕੇ ਨਾਲ ਕਰ ਸਕਦੇ ਜਾਂ ਤੇ ਅਸੀਂ ਜੋ ਦਿੱਤਾ ਗਿਆ ਹੈ ਸਾਨੂੰ ਪਿਕਚਰ ਦੇ ਵਿੱਚ ਉਹਦੇ ਹਿਸਾਬ ਨਾਲ ਅਸੀਂ 5-5 ਦੇ فاਸਲੇ ਨਾਲ ਸੰਖਿਆਵਾਂ ਲਿਖ ਸਕਦੇ ਹਾਂ ਜਾਂ ਤੁਸੀਂ ਸਿੰਪਲੀ ਦੇਖ ਸਕਦੇ ਜੇ ਕਿ ਦੂਰੇ অপਸ਼ਨ ਦਿੱਤੇ ਗਏ ਉਹਨਾਂ ਦੇ ਵਿੱਚੋਂ 5 ਦਾ ਗੁਣਜ ਕਿਹੜੀ ਸੰਖਿਆ ਹੈ ਜੋ ਨਹੀਂ ਹੈਗੀ ਤੇ ਉਹ ਅਸੀਂ ਲੱਭ ਸਕਦੇ ਆ ਕਿ ਐਡਾ অপਸ਼ਨ ਹੈ ਆ ਇਹ 5 ਦਾ ਗੁਣਜ ਨਹੀਂ ਬਣਦੀ ਬਾਕੀ 15 35 ਤੇ 40 ਇਹ 5 ਦੇ ਗੁਣਜ ਬਣਦੇ ਆ ਤੇ ਜਾਂ ਅਸੀਂ ਇਹਨਾਂ ਨੂੰ ਲਿਖ ਵੀ ਸਕਦੇ ਆ 5-5 ਦੀ ਛਾਲ ਨਾਲ ਕੀ ਸੰਖਿਆ ਆਉਣਗੀਆਂ 10 ਤੋਂ ਸ਼ੁਰੂ ਕੀਤਾ ਉਹਨੇ ਤੇ ਫਿਰ ਕੀ ਆਏਗਾ 15 ਫਿਰ 20 ਫਿਰ 25 ਫਿਰ 30 ਔਰ ਫਿਰ 20 ਇਤੋਂ ਤੱਕ ਸਾਡੇ ਕੋਲ ਇਹ ਸੰਖਿਆਵਾਂ ਤਿਆਗੀਆਂ ਆ ਤੇ ਜੇ ਨੂੰ ਅਸੀਂ ਹੋਰ ਇਦਾਂ ਅਸੀਂ ਅੱਗੇ ਵਧਾਵਾਂਗੇ ਤੇ ਫਿਰ ਅੱਗੇ ਹੋਰ ਅੱਗੇ ਕੀ ਆ ਜਾਏਗਾ 40 ਜੀ ਇਸ ਤਰ੍ਹਾਂ ਅਸੀਂ ਹੁਣ ਇਹਨਾਂ ਆਪਸ਼ਨਸ ਦੇਖ ਸਕਦੇ ਹਾਂ ਕਿ 15 ਵੀ ਹੈਗਾ ਆ 5 ਦੀ ਛਾਲ ਦੇ ਵਿੱਚ 35 ਵੀ ਹੈਗਾ ਆ ਔਰ 40 ਵੀ ਆ ਰਿਹਾ ਆ ਤੇ ਇਸ ਤਰ੍ਹਾਂ ਸਾਡਾ ਸਹੀ ਆਨਸਰ ਇਹਦੇ ਹਿਸਾਬ ਨਾਲ ਵੀ ਐਡ ਆਪਸ਼ਨ ਹੀ ਬਣੇਗਾ ਨੈਕਸਟ ਆ ਰਵੀ ਕੋਲ 311 ਘੰਟੇ ਸੀ सोनू ਨੇ 241 ਘੰਟੇ ਹੋਰ ਦੇ ਦਿੱਤੇ ਰਵੀ ਕੁਲ ਕੁੱਲ ਬੰਟਿਆਂ ਦੀ ਗਿਣਤੀ ਪਤਾ ਕਰਨ ਲਈ ਕਿਹੜੀ ਸੰਖਿਆ ਕਿਰਿਆ ਦੀ ਵਰਤੋਂ ਹੋਵੇਗੀ ਜੀ 311 ਹੈਗੇ ਸੀ ਤੇ 241 ਹੋਰ ਉਹਨੂੰ ਮਿਲ ਗਏ ਤੇ ਫਿਰ ਕੀ ਹੋਏਗਾ ਆਪਸ਼ਨ ਸਾਡੇ ਕੋਲੇ ਆ ਕਿ ਜੇ ਪਲੱਸ ਕਰਾਂਗੇ ਇਹਨਾਂ ਨੂੰ ਦੋਵਾਂ ਨੂੰ ਟੋਟਲ ਪਤਾ ਕਰਨ ਦੇ ਲਈ ਮਾਈਨਸ ਕਰਾਂਗੇ ਗੁਣਾ ਕਰਾਂਗੇ ਜਾਂ ਭਾਗ ਕਰਾਂਗੇ ਤੇ ਸਹੀ ਆਨਸਰ ਹੋਏਗਾ ਜੀ ਉੜਾ ਆਪਸ਼ਨ ਪਲੱਸ ਕਰਾਂਗੇ ਕਿਉਂਕਿ ਜੋੜ ਕੱਢਣ ਦੇ ਲਈ ਟੋਟਲ ਕੱਢਣ ਦੇ ਲਈ ਅਸੀਂ ਇਹ ਸਾਰੀ ਸੰਖਿਆਵਾਂ ਨੂੰ ਜੋੜ ਕਰਕੇ ਕੱਢ ਸਕਦੇ ਹਾਂ ਨੈਕਸਟ ਹੈ ਗਏ ਆ ਸੇਬਾਂ ਦੇ ਪੰਜ ਸਮੂਹ ਬਰਾਬਰ ਡੈਸ਼ ਸੇਬ ਤੇ ਸਾਡੇ ਕੋਲ ਪੰਜ ਸਮੂਹ ਦਿੱਤੇ ਗਏ ਆ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਾਂਗੇ ਕਿ ਹਰ ਇੱਕ ਸਮੂਹ ਦੇ ਵਿੱਚ ਕਿੰਨੀਆਂ ਸੇਬਾਂ ਹੈਗੀਆਂ ਆ ਹਰ ਇੱਕ ਸਮੂਹ ਦੇ ਵਿੱਚ 6 ਸੇਬਾਂ ਆ ਤੇ 5 ਸਮੂਹ ਆ ਤੇ ਹੁਣ ਅਸੀਂ ਇਹਦਾ ਕੱਢ ਸਕਦੇ ਹਾਂ ਕਿ 6 ਨੂੰ ਕੀ ਕਰਾਂਗੇ ਅਸੀਂ 5 ਨਾਲ ਗੁਣਾ ਕਰ ਲਵਾਂਗੇ ਕੀ ਆਨਸਰ ਆਏਗਾ ਜੀ ਜੀ ਬਿਲਕੁਲ 6 5 30 30 ਆਨਸਰ ਇਹਦਾ ਹੋਏਗਾ ਤੇ ਇਹ ਸਾਡਾ ਆਨਸਰ ਆਪਸ਼ਨ ਦੇ ਵਿੱਚ ਉੜਾ ਆਪਸ਼ਨ ਸਹੀ ਆਨਸਰ ਬਣ ਰਿਹਾ ਹੈ ਨੈਕਸਟ ਇੱਥੇ ਟ੍ਰੇ ਵਿੱਚ 15 ਲੱਡੂ ਹਨ ਜੇਕਰ 5 ਲੱਡੂ ਇੱਕ ਕੋਲੀ ਵਿੱਚ ਪਾਏ ਜਾ ਸਕਦੇ ਹਨ ਤਾਂ ਸਾਰੇ ਲੱਡੂਆਂ ਨੂੰ ਬਰਾਬਰ ਬਰਾਬਰ ਕੋਲੀਆਂ ਵਿੱਚ ਪਾਉਣ ਲਈ ਸਹੀ ਉੱਤਰ ਦੀ ਚਾਣ ਕਰੋ ਜੀ 15 ਲੱਡੂ ਆ ਤੇ 5 ਲੱਡੂ ਇੱਕ ਕੌਲੀ ਦੇ ਵਿੱਚ ਪਾਏ ਜਾ ਸਕਦੇ ਆ ਤੇ ਸਾਰੇ ਲੱਡੂਆਂ ਨੂੰ ਬਰਾਬਰ ਬਰਾਬਰ ਪਾਉਣਾ ਆ ਅਸੀਂ ਤੇ ਕਿੰਨੀਆਂ ਕ올ੀਆਂ ਦੀ ਲੋੜ ਪੈਗੀ ਇਹ ਲਬੜਾਇਆ ਸੀ ਤੇ ਅਸੀਂ ਕੀ ਕਰ ਸਕਦੇ ਆ ਅਸੀਂ 15 ਨੂੰ 5 ਨਾਲ ਭਾਗ ਕਰ ਸਕਦੇ ਆ ਕਿਉਂਕਿ ਇੱਕ ਕੌਲੀ ਦੇ ਵਿੱਚ 5 ਲੱਡੂ ਆ ਰਹੇ ਆ ਤੇ ਕਿੰਨੀਆਂ ਕ올ੀਆਂ ਦੀ ਜ਼ਰੂਰਤ ਪੈਗੀ ਫਿਰ ਸਾਨੂੰ ਜੀ ਆਨਸਰ ਕੀ ਆਏਗਾ ਜੀ 15 ਨੂੰ 5 ਨਾਲ ਭਾਗ ਕਰਨ ਤੇ 3 ਤਿੰਨ ਕੋਲੀਆਂ ਦੀ ਜ਼ਰੂਰਤ ਪੈਗੀ ਉਹ ਆਪਸ਼ਨਸ ਦੇ ਵਿੱਚ ਦੇਖ ਲੈਣੇ ਆ ਅਸੀਂ ਕਿੱਥੇ ਆ ਜੀ ਐਡਾ ਆਪਸ਼ਨ ਸਹੀ ਆਨਸਰ ਸਾਡਾ ਬਣ ਰਿਹਾ ਹੈ ਨੈਕਸਟ ਸਾਡੇ ਕੋਲ ਇੰਗਲਿਸ਼ ਦਾ ਪੈਸੇਜ ਹੈ ਜੀ ਤਾਂਡੀ ਹੈਲਪ ਵਾਸਤੇ ਮੈਂ ਵੀ ਨਾਲ ਪੜ੍ਹਦਾ ਆ ਇਹਨੂੰ ਤੇ ਬੜੇ ਧਿਆਨ ਨਾਲ ਤੁਸੀਂ ਇਹਨੂੰ ਸੁਣਨਾ ਹੈ ਔਰ ਪੜ੍ਹਦਾ ਆ ਸੋਨੀਆ ਲਾਈਕਸ ਐਨੀਮਲ ਵੈਰੀ ਮੱਚ She loves keeping pets at her, at her home. She has a pair of cute little rabbits. The rabbits are small, white, and furry. Their furs are very soft and good to touch. They live in a shed in the garden. They love eating carrots and green vegetables. Sonia loves her pet rabbits and takes good care of them. She keeps them clean and never forgets to give them food on time. She and her younger brother play with them. ਜੀ ਇਹ ਸਾਡਾ ਅੱਜ ਦਾ ਪੈਸੇਜ ਹੈ ਤੇ ਅਸੀਂ ਹੁਣ ਇਹਦੇ ਵਿੱਚੋਂ ਕੰਪਰੀਹੈਂਸ਼ਨ ਕੁਐਸਚਨਸ ਸਾਨੂੰ ਦਿੱਤੇ ਗਏ ਆ ਉਹ ਦੇਖਾਂਗੇ ਫਰਸਟ ਕੁਐਸਚਨ ਹੈ ਜੀ ਹਾਊ ਮਨੀ ਰੈਬਿਟਸ ਡਸ ਸੋਨੀਆ ਹੈਵ ਜੀ ਸੋਨੀਆ ਕੋਲ ਕਿੰਨੇ ਰੈਬਿਟਸ ਹੈਗੇ ਸੀ ਤੇ ਅਸੀਂ ਪਹਿਲੇ ਦੇ ਵਿੱਚ ਦੇਖਿਆ ਹੈ ਕਿ so uh, she has a pair of cute little rabbits ਇੱਕ ਪੇਅਰ ਸੀ ਮਤਲਬ ਇੱਕ ਜੋੜਾ ਸੀ ਤੇ ਇੱਕ ਜੋੜਾ ਮਤਲਬ 2 a option a option ਸਾਡਾ ਸਹੀ ਆਨਸਰ ਹੋਏਗਾ where do the rabbits live ਜੀ ਰੈਬਿਟਸ ਰਹਿੰਦੇ ਕਿੱਥੇ ਸੀ ਤੇ ਅਸੀਂ ਪਹਿਲੇ ਦੇ ਵਿੱਚ ਦੇਖਿਆ ਕਿ ਦੇ ਲਿਵ ਇਨ ਅ ਸ਼ੈਡ ਇਨ ਦਾ ਗਾਰਡਨ ਜੀ ਇਹ ਵੀ ਇਹ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਇਨ ਦਾ ਗਾਰਡਨ ਨੈਕਸਟ ਹੈ ਗਾਇਜ਼ ਚੂਜ਼ ਦਾ ਇਨਕਰੈਕਟ ਸਟੇਟਮੈਂਟ ਦਾ ਰੈਬਿਟਸ ਗੈਟ देयर ਫੂਡ ਔਨ ਟਾਈਮ ਸੋਨੀਆਜ਼ ਐਲ্ডার ਬ੍ਰਦਰ ਲਵਸ ਟੂ ਪਲੇ ਵਿਦ ਪੈਟਸ ਦਾ ਰੈਬਿਟਸ ਆਰ ਸਮਾਲ ਐਂਡ ਵਾਈਟ ਸੋਨੀਆ ਲਵਸ ਐਨੀਮਲ ਜੀ ਇਹਦੇ ਵਿੱਚੋਂ ਅਸੀਂ ਇਨਕਰੈਕਟ ਚੁਣਨਾ ਹੈ ਕਿ ਇਨਕਰੈਕਟ ਸਟੇਟਮੈਂਟ ਕਿਹੜੀ ਆ ਤੇ ਜੇ ਅਸੀਂ ਦੇਖੀਏ ਕਿ ਪਹਿਲਾ ਤੇ ਬਿਲਕੁਲ ਸਹੀ ਆ ਸੋਨੀਆ ਉਹਨਾਂ ਨੂੰ ਇੱਥੇ ਲਿਖਿਆ ਹੈ ਕਿ ਗਿਵ ਫੂਡ ਔਨ ਟਾਈਮ ਉਹਨਾਂ ਨੂੰ ਬਿਲਕੁਲ ਸਹੀ ਸਮੇਂ ਤੇ ਫੂਡ ਦੇ ਦਿੰਦੀ ਸੀ Sonya's elder brother brother loves to play with bats. ਇਹ ਸਟੇਟਮੈਂਟ ਗਲਤ ਹੈ। ਇਹਦੇ ਵਿੱਚ ਕੀ ਗਲਤੀ ਹੈ ਕਿ ਇੱਥੇ ਲਿਖਿਆ ਹੈ ਕਿ she and her younger brother play with them। ਜੀ ਯੰਗਰ ਦਾ ਮਤਲਬ ਹੁੰਦਾ ਹੈ ਛੋਟਾ ਤੇ ਉਹਦਾ elder brother ਨਹੀਂ ਸੀ ਖੇਡਦਾ ਯੰਗਰ brother ਖੇਡਦਾ ਸੀ। ਇਸ ਕਰਕੇ B অপਸ਼ਨ ਜੋ ਹੈ ਇਨਕਰੈਕਟ ਸਟੇਟਮੈਂਟ ਹੈਗੀ ਆ। ਅਸੀਂ ਇੱਕ ਇਹ ਸਟੇਟਮੈਂਟ ਤੇ ਲੱਵ ਲਈ ਆ। ਅਸੀਂ ਬਾਕੀ ਵੀ ਸਟੇਟਮੈਂਟਸ ਚੈੱਕ ਕਰ ਲੈਣੇ ਆਂ ਵੈਸੇ। ਦਾ ਰੈਬਿਟਸ ਆਰ ਸਮਾਲ ਐਂਡ ਵਾਈਟ ਇਹ ਠੀਕ ਹੈ ਰੈਬਿਟਸ ਛੋਟੇ ਸੀ ਤੇ ਚਿੱਟੇ ਰੱਖਦੇ ਸੀ ਸੋਨੀਆ ਲਵਸ ਐਨੀਮਲ ਇਹ ਵੀ ਠੀਕ ਹੈ ਸੋਨੀਆ ਐਨੀਮਲਸ ਨੂੰ ਲਵ ਕਰਦੀ ਸੀ ਨੈਕਸਟ ਹੈ ਜੀ ਚੂਜ਼ ਦਾ ਇਨਕਰੈਕਟ ਆਪਸ਼ਨ ਜੀ ਇਹਨਾਂ ਦੇ ਵਿੱਚੋਂ ਅਸੀਂ ਆਪਸ਼ਨ ਦੇ ਵਿੱਚੋਂ ਇਨਕਰੈਕਟ ਚੁਣਨੀ ਹੈ ਆਪਸ਼ਨ ਸੇ ਗਿਆ ਲਿਟਲ ਸਮਾਲ ਸੌਫਟ ਹਾਰਡ ਕਲੀਨ ਡਰਟੀ ਯੰਗਰ ਐਲਡਰ ਜੀ ਤੇ ਜੋ ਬੀ ਸੀ बी सी ਤੇ ਡੀ অপਸ਼ਨਸ ਆ ਉਹਨਾਂ ਦੇ ਵਿੱਚ ਕੀ ਹੋ ਰਿਹਾ ਹੈ ਉਹ ਸਾਰੇ ਆਪੋਜ਼ਿਟ ਵਰਡਸ ਹੈਗੇ ਆ ਸੌਫਟ ਦਾ ਆਪੋਜ਼ਿਟ ਹਾਰਡ ਕਲੀਨ ਦਾ ਆਪੋਜ਼ਿਟ ਡਰਟੀ ਜੰਗਰ ਦਾ ਆਪੋਜ਼ਿਟ ਐਲਡਰ ਪਰ ਜੋ ਇਹ ਹੀ ਆਪਸ਼ਨ ਹੈ ਉਹ ਆਪੋਜ਼ਿਟ ਨਹੀਂ ਬਣ ਰਹੀ ਲਿਟਲ ਤੇ ਸਮਾਲ ਇਹ ਦੋਵੇਂ ਹੀ ਸੇਮ मीनिंग ਵਰਡ ਹੋ ਗਏ ਲਿਟਲ ਦਾ ਮਤਲਬ ਵੀ ਛੋਟਾ ਔਰ ਸਮਾਲ ਦਾ ਮਤਲਬ ਵੀ ਛੋਟਾ ਇਸ ਕਰਕੇ ਇਹ ਆਪਸ਼ਨ ਸਾਡੀ ਇਨਕਰੈਕਟ ਆਪਸ਼ਨ ਹੈਗੀ ਆ ਨੈਕਸਟ ਆ ਗਿਆ ਜੀ use the verb verb ਚੁਣਨਾ ਹੈ ਅਸੀਂ ਜੋ نیچے ਵਰਡਸ ਦਿੱਤੇ ਗਏ ਆ ਸਾਨੂੰ অপਸ਼ਨs ਹੈਗੇ ਆ brother touch furry with ਜੀ ਇਹਨਾਂ ਦੇ ਵਿੱਚੋਂ ਜੋ touch ਵਰਡ ਆ ਇਹ ਇੱਕ verb ਆ ਨੈਕਸਟ ਸਾਡੇ ਕੋਲ ਹਿੰਦੀ ਦਾ ਪੈਰਾ ਦਿੱਤਾਇਆ ਹੈ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਇਸ ਪੈਰੇ ਨੂੰ ਪੜ੍ਹਨਾ ਹੈ ਤੇ ਫਿਰ ਅਸੀਂ ਕੁਐਸਚਨਸ ਕਰਦੇ ਹਾਂ ਜੀ ਪੈਰੇ ਨੂੰ ਪੜਨ ਤੋਂ ਬਾਅਦ ਆਓ ਹੁਣ ਕੁਐਸਚਨਸ ਦੇਖਦੇ ਹਾਂ ਪਹਿਲਾ ਪ੍ਰਸ਼ਨ ਹੈ ਰੰਗ ਲਾਣਾ ਦਾ ਕੀ ਅਰਥ ਹੈ অপਸ਼ਨ ਸਫਲਤਾ ਮਿਲਣਾ ਨਿਰਾਸ਼ਾ ਹੱਥ ਲੱਗਣਾ ਹਾਰ ਜਾਣਾ ਬਹੁਤ ਖੁਸ਼ ਹੋਣਾ ਤੇ ਰੰਗ ਲਾਣਾ ਦਾ ਅਰਥ ਹੁੰਦਾ ਹੈ ਜੀ ਸਫਲਤਾ ਮਿਲਣਾ ਪਹਿਲਾ অপਸ਼ਨ ਜਿਹੜਾ ਇਹਦਾ ਸਹੀ ਆਨਸਰ ਹੋਏਗਾ ਨੈਕਸਟ ਈਸ਼ਵਰ ਚੰਦਰ ਵਿਦਿਆਸਾਗਰ ਨੇ ਬਾਲਕ ਕੋ ਕਿਆ ਦਿਆ ਜੀ অপਸ਼ਨ ਹੈ ਇਹ ਇੱਕ ਪੈਸੇ ਇੱਕ ਪੈਸਾ ਫਲوں ਦੀ ਦੁਕਾਨ 1 ਰੁਪਿਆ ਫਲੋਂ ਕੀ ਰਿਹੜੀ ਤੇ ਪੈਰ ਦੇ ਵਿੱਚ ਅਸੀਂ ਦੇਖਿਆ ਕਿ ਈਸ਼ਵਰ ਚੰਦਰ ਵਿਦਿਆਸਾਗਰ ਨੇ ਸਾਡੇ ਕੋਲ ਇੱਥੇ ਲਿਖਿਆ ਵੀ ਆ ਵਿਦਿਆਸਾਗਰ ਨੇ ਉਸੇ 1 ਰੁਪਿਆ ਦੇ ਦਿਆ ਤੇ ਸਾਡਾ ਸਹੀ ਆਨਸਰ ਕੀ ਹੋਏਗਾ ਤੀਸਰਾ ਆਪਸ਼ਨ 1 ਰੁਪਿਆ ਜਿਵੇਂ ਫਲ ਦਾ ਤੀਸਰਾ ਪ੍ਰਸ਼ਨ ਜਿਵੇਂ ਫਲ ਦਾ ਬਹੁਵਚਨ ਫਲੋ ਹੈ ਵੈਸੇ ਹੀ ਪੈਸਾ ਦਾ ਬਹੁਵਚਨ ਹੋਗਾ ਆਪਸ਼ਨਸ ਹੈ ਗਿਆ ਰੁਪਿਆ ਰੁਪਏ ਪੈਸੇ ਮੁਦਰਾ ਜੀ ਫਲੋਂ ਫਲ ਦਾ ਬਹੁਵਚਨ ਕੀ ਆਇਆ ਕੀ ਇਹ ਫਲੋਂ ਪੈਸਾ ਦਾ ਬਹੁਵਚਨ ਕੀ ਹੋਏਗਾ ਤੀਸਰਾ ਆਪਸ਼ਨ ਸਹੀ ਆਨਸਰ ਹੈ ਸਾਡਾ ਪੈਸੇ ਨੈਕਸਟ ਕੁਐਸਚਨ ਦੇਖਦੇ ਆ ਫਿਰ ਮੈਂ ਭੀਖ ਨਹੀਂ ਮੰਗੂੰਗਾ ਇਹ ਸ਼ਬਦ ਕਿਸ ਨੇ ਕਿਸ ਕੋ ਕਹੇ ਜੀ ਪੈਰੇ ਦੇ ਵਿੱਚ ਅਸੀਂ ਦੇਖਿਆ ਹੈ ਕਿ ਇਹ ਸ਼ਬਦ ਬਾਲਕ ਨੇ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਕਹੇ ਸੀ ਇਸ ਤਰ੍ਹਾਂ ਸਾਡਾ 2 ਸਹੀ ਆਨਸਰ ਕੀ ਹੋਏਗਾ ਸੈਕੰਡ ਆਪਸ਼ਨ ਬਾਲਕ ਨੇ ਈਸ਼ਵਰ ਚੰਦਰ ਵਿਦਿਆਸਾਗਰ ਕੋ ਨੈਕਸਟ ਹੈਗਾ ਜੀ निम्नलिखित निम्नलिखित शब्दों में से किस शब्द में संयुक्त अक्षर का प्रयोग नहीं किया गया है जी ऑप्शंस है या तुम्हें स्थान प्रणाम इनमें से कोई भी नहीं जी ते इन सारे ही वर्ड्स ਦੇ ਵਿੱਚ ਤੁਸੀਂ ਦੇਖੋਗੇ ਕਿ ਸੰਯੁਕਤ ਅੱਖਰ ਸੰਯੁਕਤ ਅੱਖਰ ਮਤਲਬ ਇੱਕ ਅੱਧਾ ਅੱਖਰ ਔਰ ਨਾਲ ਜੁੜਿਆ ਹੋਇਆ ਪੂਰਾ ਅੱਖਰ ਤੇ ਸਾਰਿਆਂ ਦੇ ਵਿੱਚ ਹੀ ਉਹ ਹੈਗਾ ਆ ਇਸ ਕਰਕੇ ਸਾਡਾ ਆਨਸਰ ਕੀ ਹੋਏਗਾ ਫਿਰ ਚੌਥਾ ਆਪਸ਼ਨ इनमें से कोई भी नहीं ਅਕੀਸਰ ਗਲਵਾਂਤਾ ਵਰਨ ਸਿੱਖਿਆ ਦੇ ਪ੍ਰਸ਼ਨ ਇਹ ਆ ਪਹਿਲਾ ਹੈ ਜੀ ਹੀਟਾ ਦਿਖਾਈ ਦੇ ਰਿਹਾ ਪੋਸਟਰ ਸੁਨੇਹਾ ਦੇ ਰਿਹਾ ਹੈ ਕਿ ਆਪਸ਼ਨ ਹਰ ਪਾਸੇ ਗੰਦਗੀ ਫੈਲੀ ਹੋਈ ਹੈ ਹਮੇਸ਼ਾ ਕੂੜੇਦਾਨ ਦੀ ਵਰਤੋਂ ਕਰੋ ਕੂੜਾ ਸੜਕ ਤੇ ਸੁੱਟੋ ਉਪਰੋਕਤ ਵਿੱਚੋਂ ਕੋਈ ਨਹੀਂ ਤੇ ਸਹੀ ਆਨਸਰ ਕੀ ਹੋਏਗਾ ਹਮੇਸ਼ਾ ਕੂੜੇਦਾਨ ਦੀ ਵਰਤੋਂ ਵਰਤੋਂ ਕਰੋ ਦੂਸਰਾ ਆਪਸ਼ਨ ਸਹੀ ਆਨਸਰ ਹੋਏਗਾ ਸਾਡਾ ਨੈਕਸਟ ਯਰ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਨਾਲ ਬਾਜ਼ਾਰ ਵਿੱਚੋਂ ਲੰਘਦੇ ਹੋਏ ਰਸਤੇ ਵਿੱਚ ਕੁਝ ਕੇਲੇ ਦੇ ਛਿਲਕੇ ਦੇਖਦੇ ਹੋ ਤਾਂ ਤੁਸੀਂ ਕੀ ਕਰੋਗੇ ਜੀ অপਸ਼ਨ ਜੇ ਕੇਲੇ ਦੇ ਛਿਲਕੇ ਪੈਰ ਨਾਲ ਸੜਕ ਤੋਂ ਪਰੇ ਹਟਾ ਦੇਵੋਗੇ ਦੂਸਰਾ অপਸ਼ਨ ਕੇਲੇ ਦੇ ਛਿਲਕੇ ਕੂੜੇਦਾਨ ਵਿੱਚ ਪਾ ਦੇਵੋਗੇ ਕੁਝ ਨਹੀਂ ਕਰੋਗੇ ਤੇ ਅੱਗੇ ਨਿਕਲ ਜਾਓਗੇ ਤੁਸੀਂ ਵੀ ਕੇਲੇ ਦੇ ਛਿਲਕੇ ਉੱਥੇ ਸੁੱਟ ਦੇਵੋਗੇ ਜੀ ਸਹੀ ਆਨਸਰ ਇਹਦਾ ਕੀ ਹੋਣਾ ਚਾਹੀਦਾ ਹੈ ਸੈਕੰਡ অপਸ਼ਨ ਕੇਲੇ ਦੇ ਛਿਲਕੇ कूड़ेदान ਵਿੱਚ ਪਾ ਦੇਵੋਗੇ ਤੀਸਰਾ ਪ੍ਰਸ਼ਨ ਜੇਕਰ ਤੁਸੀਂ ਖੇਤੀਬਾੜੀ ਦੇ ਸਹਾਇਕ ਧੰਦਿਆਂ ਨਾਲ ਸੰਬੰਧਿਤ ਸੂਚੀ ਬਣਾ ਰਹੇ ਹੋ ਤਾਂ ਹੇਠ ਲਿਖਿਆ ਵਿੱਚੋਂ ਕਿਹੜੀ ਗਤੀਵਿਧੀ ਸੂਚੀ ਵਿੱਚ ਸ਼ਾਮਲ ਕਰੋਗੇ 옵ਸ਼ਨਸ ਹੈ ਪਸ਼ੂ ਪਾਲਣਾ ਬੱਸ ਚਲਾਉਣੀ ਖਾਣਾ ਬਣਾਉਣਾ ਮਿੱਟੀ ਦੇ ਭਾਂਡੇ ਬਣਾਉਣਾ ਤੇ ਖੇਤੀਬਾੜੀ ਦੇ ਸਹਾਇਕ ਧੰਦਿਆਂ ਦੇ ਵਿੱਚ ਪਸ਼ੂ ਪਾਲਣਾ ਸ਼ਾਮਲ ਕੀਤਾ ਜਾਂਦਾ ਆ ਇਸ ਕਰਕੇ ਦਾ ਸਹੀ ਆਨਸਰ ਕੀ ਹੋਏਗਾ ਫਸਟ ਆਪਸ਼ਨ ਪਸ਼ੂ ਪਾਲਣਾ ਨੈਕਸਟ ਚੌਥਾ ਪ੍ਰਸ਼ਨ ਜੇਕਰ ਤੁਸੀਂ ਫਸਲਾਂ ਉਗਾਉਣ ਵਾਲੇ ਦਾ ਮਿਲਾਨ ਕਰਨਾ ਹੋਵੇ ਤਾਂ ਕਿਸ ਨਾਲ ਮਿਲਾਓਗੇ ਜੀ ਸਾਨੂੰ ਦੋ ਕਾਲਮ ਦਿੱਤੇ ਗਏ ਆ ਇੱਕ ਸਾਈਡ ਤੇ ਦੱਸਿਆ ਗਿਆ ਹੈ ਉਹਦਾ ਕੰਮ ਦੱਸਿਆ ਗਿਆ ਹੈ ਤੇ ਦੂਸਰੀ ਸਾਈਡ ਤੇ ਉਹਨਾਂ ਨੂੰ ਜੋ ਕਿਹਾ ਜਾਂਦਾ ਆ ਉਹ ਦੱਸਿਆ ਗਿਆ ਹੈ ਕਿਤੇ ਦੱਸਿਆ ਗਿਆ ਤੇ ਅਸੀਂ ਇਹਨਾਂ ਸਾਰਿਆਂ ਨੂੰ ਪਹਿਲਾਂ ਮਿਲਾ ਲੈਣੇ ਆ ਫਸਲਾ ਉਗਾਉਣ ਵਾਲਾ ਕਿਸਾਨ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਡਾਕਟਰ ਕਪੜੇ ਸਲਾਈ ਕਰਨ ਵਾਲਾ ਦਰਜੀ ਤੇ ਮਠਾਈ ਬਣਾਉਣ ਵਾਲਾ ਹਲਵਾਈ ਤੇ ਅਸੀਂ ਕੀ ਲੱਭਣਾ ਸੀ ਫਸਲਾਂ ਉਗਾਉਣ ਵਾਲੇ ਨੂੰ ਤੇ ਫਸਲਾਂ ਉਗਾਉਣ ਵਾਲੇ ਨੂੰ ਅਸੀਂ ਕਿਹਦੇ ਨਾਲ ਮਿਲਾਇਆ ਜੀ ਤੀਸਰਾ ਆਪਸ਼ਨ ਸਹੀ ਹੈ ਕਿਸਾਨ ਨੈਕਸਟ ਜੇਕਰ ਕੁੜੀਆਂ ਜਹਾਜ਼ ਉਡਾ ਸਕਦੀਆਂ ਹਨ ਤਾਂ ਪਤੰਗ ਵੀ ਉਡਾ ਲੈਣਗੀਆਂ ਇਹ ਕਥਨ ਸੰਕੇਤ ਕਰਦਾ ਹੈ ਆਪਸ਼ਨ ਏ ਕੁੜੀਆਂ ਦੀ ਨਿਪੁੰਤਾ ਵੱਲ ਕੁੜੀਆਂ ਮੁੰਡਿਆਂ ਦੇ ਬਰਾਬਰੀ ਕੁੜੀਆਂ ਮੁੰਡਿਆਂ ਦੀ ਬਰਾਬਰੀ ਬਾਰੇ ਕੁੜੀਆਂ ਦੇ ਹਰ ਖੇਤਰ ਵਿੱਚ ਤਰੱਕੀ ਕਰਨ ਬਾਰੇ ਤੇ ਚੌਥਾ ਆਪਸ਼ਨ ਹੈ ਉਪਰੋਕਤ ਸਾਰੇ ਕਥਨ ਠੀਕ ਹਨ ਜੀ ਇਹਦਾ ਆਨਸਰ ਚੌਥਾ ਆਪਸ਼ਨ ਹੀ ਹੋਏਗਾ ਉਪਰੋਕਤ ਸਾਰੇ ਕਥਨ ਠੀਕ ਹਨ ਸਾਰੀਆਂ ਗੱਲਾਂ ਹੀ ਠੀਕ ਹੈ ਜੀ ਇਹ ਅੱਜ ਦਾ ਸਾਡਾ ਅਭਿਆਸ ਸ਼ੀਟ 26 ਸੀ ਜਾਓ achievement ਸਰਵੇ ਦੀ ਤਿਆਰੀ ਲਈ ਤੁਸੀਂ ਵੀ ਮਿਹਨਤ ਕਰਦੇ ਰਹੋ ਥੈਂਕ ਯੂ ਹੈਵ ਅ ਨਾਈਸ ਡੇ